ਜੀ ਅਸਲਾਮ ਅਲੈਕੁਮ ਜੀ, ਮੈਂ ਹਾਂ ਤੁਹਾਡਾ ਆਪਣਾ ਹੋਸਟ ਸ਼ਾਹਿਦ ਸ਼ਬੀਰ ਬਾਬਾ ਜੀ, ਔਰ ਤੁਸੀਂ ਦੇਖ ਰਹੇ ਹੋ ਰੇਡੀਓ ਸਾਡੇ ਵਾਲਾ 87.8 FM ਰੇਡੀਓ ਤੋਂ। ਮੈਂ ਤੁਹਾਡਾ ਆਪਣਾ ਹੋਸਟ ਹਾਂ ਪਾਕਿਸਤਾਨ ਤੋਂ। ਅਸੀਂ ਅੱਜ ਪਹੁੰਚੇ ਹਾਂ ਨਨਕਾਣਾ ਸਾਹਿਬ ਅੰਦਰ। ਨਨਕਾਣਾ ਸਾਹਿਬ ਅੰਦਰ ਅੱਜ 550 ਈਅਰਸ ਆਗਮਨ ਪੂਰਵ ਬਾਬਾ ਗੁਰੂ ਨਾਨਕ ਸਾਹਿਬ ਦੇ ਚਰਨ ਛੋਣ ਧਰਤੀ ਦੇ ਉੱਤੇ ਪਾਕਿਸਤਾਨ ਦੇ ਵਿੱਚ ਇੱਕ ਮਿਸ਼ਨ ਚੱਲਿਆ ਹੋਇਆ, ਗ੍ਰੀਨ ਪਾਕਿਸਤਾਨ ਕਲੀਨ ਪਾਕਿਸਤਾਨ। ਸਾਡੇ PM ਸਾਹਿਬ ਵੱਲੋਂ ਇੱਕ ਪੂਰਾ ਮਿਸ਼ਨ ਸ਼ੁਰੂ ਕੀਤਾ ਗਿਆ ਅਤੇ ਜਿਹੜੀ 18ਵਾਂ ਮੰਚ ਹੈ ਆਪਣਾ ਰਾਏ ਪਲਾਰ ਭੱਟੀ ਸਾਹਿਬ, ਅਗਰ ਤਮਾਮ ਜਗਤ ਸੰਗਤ 12 ਕਰੋੜ ਨਾਨਕ ਨਾਮ ਲੇਵਾ ਉਹਨਾਂ ਦੇ ਨਾਮ ਤੋਂ ਵਾਕਿਫ ਹੈ ਕਿ ਰਾਏ ਪਲਾਰ ਭੱਟੀ ਸਾਹਿਬ ਕੌਣ ਸਨ? ਉਹ ਸਨ ਜਿਨ੍ਹਾਂ ਨੇ ਬਾਬਾ ਗੁਰੂ ਨਾਨਕ ਸਾਹਿਬ ਦੇ ਨਾਮ ਆਪਣੀ ਪੂਰੀ ਜਾਗੀਰ, ਆਪਣੀ ਪੂਰੀ ਬਾਦਸ਼ਾਹਤ, ਯਾਨੀ ਕਿ ਉਹਨਾਂ ਨੇ ਨਾਮ ਕਰ ਦਿੱਤੀ। ਅੱਜ ਵੀ ਅਗਰ ਨਨਕਾਣੇ ਤੋਂ ਸ਼ੇਖੂਪੁਰੇ ਤੋਂ ਲੈ ਕੇ ਤੁਸੀਂ ਫੈਸਲਾਬਾਦ ਦੇ ਦਰਮਿਆਨ ਦਾ ਅਗਰ ਇਲਾਕਾ ਦੇਖਦੇ ਹੋ, 750 ਮੁਰੱਬਾ, 750 ਮੁਰੱਬਾ ਲੈਂਡ ਜਿਹੜੀ ਹੈ ਅੱਜ ਵੀ ਬਾਬਾ ਗੁਰੂ ਨਾਨਕ ਸਾਹਿਬ ਦੇ ਨਾਮ 'ਤੇ ਅਗਰ ਬੋਲਦੀ ਹੈ ਤਾਂ ਕਿੰਨਾ ਦਿੱਤੀ? ਰਾਏ ਪਲਾਰ ਭੱਟੀ ਹੋਰਾਂ ਨੇ ਦਿੱਤੀ। ਅਤੇ ਉਹਨਾਂ ਦੇ ਵੰਸ਼ ਵਿੱਚੋਂ 18ਵੀਂ ਪੀੜ੍ਹੀ ਜਿਹੜੀ ਹੈ ਉਹ ਅੱਜ ਬਾਬਾ ਗੁਰੂ ਨਾਨਕ ਸਾਹਿਬ ਦੇ ਨਾਮ 'ਤੇ 550 ਦਰਖਤ ਲਾ ਕੇ, 550 ਪੌਦੇ ਲਾ ਕੇ ਤਿਆਰ ਪੌਦੇ ਨੇ ਬਿਲਕੁਲ, ਕਿ 2-4 ਸਾਲ ਦੇ ਅੰਦਰ ਅੰਦਰ ਆਪਣੀ ਛਾਂ ਵੀ ਦੇਣਾ ਸ਼ੁਰੂ ਕਰ ਦੇਣਗੇ। ਔਰ ਇਹ ਸਾਰਾ ਮਿਸ਼ਨ ਜਿਹੜਾ ਇੱਥੋਂ ਸ਼ੁਰੂ ਕੀਤਾ ਜਾ ਰਿਹਾ, ਕਿੱਥੋਂ ਸ਼ੁਰੂ ਕੀਤਾ ਜਾ ਰਿਹਾ? ਬਕਾਇਦਾ ਤੌਰ 'ਤੇ ਗੁਰਦੁਆਰਾ ਸ੍ਰੀ ਜਨਮ ਅਸਥਾਨ ਨਨਕਾਣਾ ਸਾਹਿਬ ਤੋਂ ਸ਼ੁਰੂ ਕੀਤਾ ਗਿਆ। ਸਾਡੇ ਨਾਲ ਇਸ ਵੇਲੇ ਸੰਗਤਾਂ ਇਕੱਠੀਆਂ ਹੋਈਆਂ ਨੇ ਪੰਜਾਬ ਤੋਂ, KPK ਤੋਂ, ਨੌਰਥ ਵੈਸਟ ਤੋਂ, ਲਾਹੌਰ ਤੋਂ, ਔਰ ਨਨਕਾਣਾ ਸਾਹਿਬ ਦੀਆਂ ਸੰਗਤਾਂ ਜਿਹੜੀਆਂ ਨੇ ਇਹ ਉਹ ਲੋਕ ਸਾਰੇ ਇਕੱਠੇ ਹੋਏ ਨੇ ਜਿਨ੍ਹਾਂ ਨੂੰ ਬਾਬਾ ਗੁਰੂ ਨਾਨਕ ਸਾਹਿਬ ਦੇ ਨਾਲ ਪਿਆਰ ਹੈ। ਅਤੇ ਅਸੀਂ ਵੀ 6 ਘੰਟੇ ਦੀ ਡਰਾਈਵ ਕਰਕੇ ਸਿਰਫ ਇਸੇ ਲਈ ਪਹੁੰਚੇ ਹਾਂ ਔਰ ਆਪਣੇ ਸਰੋਤਿਆਂ ਨੂੰ ਦਿਖਾਉਣਾ ਚਾਹੁੰਦੇ ਹਾਂ, ਆਪਣੇ ਪਿਆਰ ਕਰਨ ਵਾਲਿਆਂ ਨੂੰ ਦਿਖਾਉਣਾ ਚਾਹੁੰਦੇ ਹਾਂ ਕਿ ਅਸੀਂ ਜਿਹੜਾ ਪਿਆਰ ਅਸੀਂ ਸ਼ੋਅ ਕਰਨੇ ਹਾਂ ਬਾਬਾ ਗੁਰੂ ਨਾਨਕ ਸਾਹਿਬ ਨਾਲ, ਉਹ ਖਾਲੀ ਦਿਖਾਵੇ ਦੀ ਹੱਦ ਤੱਕ ਨਹੀਂ ਹੈ। ਬਾਕੀ ਗੁਰਦੁਆਰਿਆਂ ਦੇ ਵਿੱਚ ਜਿਹੜੀ ਪੁਰਾਣੀ ਪਰੰਪਰਾ ਹੈਗੀਆਂ, ਪੁਰਾਣਾ ਜਿਹੜਾ ਰੀਤ ਰਿਵਾਜ਼ ਸੀ ਕਿ ਫਲਦਾਰ ਦਰਖਤ ਲਾਏ ਜਾਂਦੇ ਸੀ, ਸਾਏ ਵਾਲੇ ਦਰਖਤ ਲਾਏ ਜਾਂਦੇ ਸਨ, ਉਸੇ ਚੀਜ਼ ਨੂੰ ਕੰਟੀਨਿਊ ਕਰਦੇ ਹੋਏ ਅਸੀਂ ਸਾਰੇ ਇਕੱਠੇ ਹੋਏ ਹਾਂ। ਤੁਸੀਂ ਦੇਖੋ ਸਾਡੇ ਨਾਲ ਕਾਫੀ ਦੋਸਤ ਜਿਹੜੇ ਨੇ ਇਸ ਜਗ੍ਹਾ ਦੇ ਉੱਤੇ ਮੌਜੂਦ ਨੇ, ਔਰ ਇਹ ਸਾਰੀ ਰਾਏ ਫੈਮਿਲੀ ਜਿਹੜੀ ਹੈ ਤੁਹਾਨੂੰ ਆਉਂਦੀ ਹੈ ਮੇਰੇ। ਅਤੇ ਕੀ ਮਿਸ਼ਨ ਹੈ, ਅਸੀਂ ਵਾਰੀ ਵਾਰੀ ਸਾਰਿਆਂ ਨਾਲ ਗੱਲ ਕਰਦੇ ਹਾਂ ਔਰ ਤੁਹਾਨੂੰ ਦੱਸਦੇ ਹਾਂ ਕਿ ਇਹ 9ਵੀਂ ਪੀੜ੍ਹੀ ਹੈ ਰਾਏ ਪਲਾਰ ਭੱਟੀ ਜੀ ਦੀ, ਕਿ ਜਿੱਥੋਂ ਅਗਰ ਦੇਖਿਆ ਜਾਵੇ ਆਗਾਜ਼ ਹੁੰਦਾ ਸਿੱਖ ਮੁਸਲਿਮ ਫਰੈਂਡਸ਼ਿਪ ਮਿਸ਼ਨ ਦਾ, ਜਿਹਨੂੰ ਲੈ ਕੇ ਮੈਂ ਪੂਰੀ ਦੁਨੀਆ ਦੇ ਵਿੱਚ ਗਿਆ, ਜਿਹਨੂੰ ਮੈਂ ਲੈ ਕੇ ਤਮਾਮ ਮੇਰੇ ਪੇਜਿਸ ਪ੍ਰਜੈਂਟ ਕਰਦੇ ਨੇ, ਤਮਾਮ ਮੇਰੇ ਗਰੁੱਪ ਪ੍ਰਜੈਂਟ ਕਰਦੇ ਨੇ, ਅਤੇ ਮੈਂ ਕਹਾਂਗਾ ਕਿ ਅਗਰ ਇਸ ਫੈਮਿਲੀ ਦਾ ਜ਼ਿਕਰ ਨਹੀਂ ਹੁੰਦਾ ਤਾਂ ਹਿਸਟਰੀ ਪੂਰੀ ਹੀ ਨਹੀਂ ਹੁੰਦੀ ਜੀ। ਨਾਲ ਨਾਲ ਤਾਰਫ ਕਰਾਉਂਦੇ ਹਾਂ ਅਤੇ ਨਾਲ ਨਾਲ ਅੱਜ ਦੇ ਮਿਸ਼ਨ ਕਰ ਰਿਹਾ। ਹਾਂਜੀ ਠੀਕ ਹੈ, ਓਕੇ ਜੀ, ਅਸੀਂ ਗੱਲ ਕਰਦੇ ਹਾਂ ਜੀ, ਜਿਹੜੇ ਪਹਿਲੇ ਸਾਡੇ ਵੀਰ ਜੀ ਨੇ ਉਹਨਾਂ ਨਾਲ ਗੱਲ ਕਰਦੇ ਹਾਂ ਕਿ ਇਹਨਾਂ ਦੀ 9ਵੀਂ ਪੀੜ੍ਹੀ ਜਿਹੜੀ ਹੈ ਰਾਏ ਪਲਾਰ ਜੀ ਨਾਲ ਜੁੜਦੀ ਹੈ ਔਰ ਮਿਸ਼ਨ ਜਿਹੜਾ ਅੱਜ ਦਾ ਸਾਡਾ ਇਕੱਠੇ ਹੋਣ ਦਾ ਜੀ। ਅਸਲਾਮ ਅਲੈਕੁਮ ਜੀ। ਅਸਲਾਮ ਅਲੈਕੁਮ ਜੀ, ਸਤਿ ਸ਼੍ਰੀ ਅਕਾਲ ਜੀ। ਜੋ ਸਰਦਾਰ ਸਾਹਿਬਾਨ ਸਾਨੂੰ ਸੁਣ ਰਹੇ ਨੇ, ਜੋ ਮੁਸਲਮਾਨ ਭਾਈ ਸਾਨੂੰ ਸੁਣ ਰਹੇ ਨੇ, ਅੱਜ ਅਸੀਂ 550 ਦਰਖਤ ਬਾਬਾ ਗੁਰੂ ਨਾਨਕ ਸਾਹਿਬ ਦੇ ਨਾਂ 'ਤੇ ਲਾ ਰਹੇ ਨੇ। ਸਾਡੇ ਇੱਕ ਦੋਸਤ ਕਰਨ ਸਿੰਘ ਜਿਹੜੇ ਕਿ ਮੈਲਬਨ ਦੇ ਨੇ, ਉਹਨਾਂ ਨੇ ਬੜਾ ਅੱਛਾ ਇਨੀਸ਼ੀਏਟਿਵ ਲਿਆ। ਉਹਨਾਂ ਨੇ ਆਪਣੀ ਮੈਲਬਨ ਤੋਂ ਸਿੱਖ ਸੰਗਤ ਤੋਂ ਫੰਡਸ ਇਕੱਠੇ ਕੀਤੇ, ਸਾਨੂੰ ਭੇਜਿਆ, ਪੈਸੇ ਭੇਜੇ, ਅਤੇ ਇੱਥੇ ਅਸੀਂ 550 ਦਰਖਤ ਹੁਣ ਅਸੀਂ ਆਗਾਜ਼ ਅੱਜ ਸ਼ੁਰੂ ਕਰ ਰਹੇ ਹਾਂ ਕੰਪੇਨ ਦਾ। ਤੁਸੀਂ ਕਿੰਨਾ ਮੰਚ ਹੋ ਜੀ? ਮੈਂ ਜੀ ਰਾਏ ਬੁਲਾਰ ਦੀ 9ਵੀਂ ਪੀੜ੍ਹੀ 'ਚੋਂ ਹਾਂ ਜੀ। ਜੀ ਅਸਲਾਮ ਅਲੈਕੁਮ ਜੀ। ਜੀ ਸਤਿ ਸ਼੍ਰੀ ਅਕਾਲ ਸਰਦਾਰ ਸਾਹਿਬਾਨ, ਜੋ ਵੀ ਮੇਰੀ ਆਵਾਜ਼ ਸੁਣ ਰਹੇ ਨੇ ਸਭ ਨੂੰ ਪ੍ਰਣਾਮ। ਮੈਂ 18ਵੀਂ ਪੀੜ੍ਹੀ ਹਾਂ, ਇਹ ਬੇਟਾ ਹੈ ਮੇਰਾ ਬਿਲਾਲ। ਅੱਛਾ ਜੀ, ਬਿਲਾਲ ਸਾਹਿਬ ਤੁਹਾਡੇ ਬੇਟੇ? ਮੇਰਾ ਬੇਟਾ ਹੈ, ਔਰ ਇਹਨਾਂ ਨੇ ਬੜਾ ਅੱਛਾ ਆਗਾਜ਼ ਕੀਤਾ ਹੈ। ਸਾਡੇ ਜਿਹੜੇ ਬਾਹਰ ਸਰਦਾਰ ਸਾਹਿਬਾਨ ਰਹਿੰਦੇ ਨੇ ਉਹਨਾਂ ਨੇ ਡੋਨੇਟ ਕੀਤਾ ਕਿ ਸਾਡੇ ਬਾਬੇ ਗੁਰੂ ਨਾਨਕ ਦੇ ਨਾਂ 'ਤੇ 550 ਜਿਹੜੇ ਦਰਖਤ ਲਗਾਏ ਜਾਣ। ਅਸੀਂ ਉਹਨਾਂ ਦਾ ਅੱਜ ਆਗਾਜ਼ ਕੀਤਾ ਔਰ ਇਨਸ਼ਾਅੱਲਾ ਇਹ ਦਰਖਤ ਕੱਲ੍ਹ ਪਰਸੋਂ ਤੱਕ ਇੱਥੇ ਪੂਰੇ ਗੋਰ ਲੱਗ ਜਾਣਗੇ। ਜੀ ਬਹੁਤ ਸ਼ੁਕਰੀਆ ਜੀ। ਜੀ ਅਸਲਾਮ ਅਲੈਕੁਮ ਜੀ। ਵਾਲੇਕੁਮ ਸਲਾਮ ਜੀ। ਰਾਏ ਸ਼ਾਹਜਹਾਨ ਅਹਿਮਦ ਭੱਟੀ, ਮੈਂ ਰਾਏ ਬੁਲਾਰ ਖਾਨ ਭੱਟੀ ਦੀ 18ਵੀਂ ਪੀੜ੍ਹੀ ਹੈ ਜਾਂ। ਮੈਂ ਆਪਣੇ ਬਾਕੀ ਖਾਨਦਾਨ ਦੇ ਅਜ਼ੀਜ਼ਾਂ ਦੇ ਹਮਰਾ ਅੱਜ ਬਾਬੇ ਨਾਨਕ ਦਾ ਜਿਹੜਾ ਇੱਥੇ 550 ਸਾਲ ਪਹਿਲੇ ਪੌਦਾ ਲੱਗਾ ਸੀ ਔਰ ਉਸਦੇ ਜ਼ਰੀਏ ਜਿਹੜੀ ਇੱਕ ਰੋਸ਼ਨੀ ਫੈਲੀ, ਬਾਬਾ ਜੀ ਨੇ ਜਿਹੜਾ ਇੱਕ ਐਸਾ ਪੈਗਾਮ ਦਿੱਤਾ ਦੁਨੀਆ ਨੂੰ, ਅਸੀਂ ਉਹਦੀ ਯਾਦ ਵਿੱਚ ਅੱਜ ਆਪਣੇ ਸਾਰੇ ਖਾਨਦਾਨ ਦੇ ਹਮਰਾ ਅੱਜ ਇੱਥੇ 550 ਬੂਟੇ ਲਾਉਣ ਦਾ ਆਗਾਜ਼ ਕੀਤਾ। ਔਰ ਜਦੋਂ 500 ਸਾਲਾ ਬਾਬਾ ਜੀ ਦਾ ਜਨਮ ਦਿਨ ਮਨਾਇਆ ਗਿਆ ਸੀ ਉਦੋਂ ਵੀ ਸਾਡੇ ਖਾਨਦਾਨ ਨੇ 1969 ਵਿੱਚ ਕਾਫੀ ਬੜ ਚੜ੍ਹ ਕੇ ਹਿੱਸਾ ਲਿਆ ਸੀ ਔਰ ਉਸ ਤੋਂ ਲੈ ਕੇ ਹੁਣ ਤੱਕ
ਹਮੇਸ਼ਾ ਉਸ ਤੋਂ ਪਹਿਲੇ ਵੀ ਆਪਣੇ ਬਾਬਾ ਜੀ ਦੇ ਨਾਮ ਨਾਲ ਸਾਡਾ ਨਾਮ ਮੁਨਸਲਿਕ ਹੈ ਔਰ ਇਨਸ਼ਾਅੱਲਾ ਜਦੋਂ ਤੱਕ ਜ਼ਿੰਦਗੀ ਰਹੇਗੀ ਦੁਨੀਆ ਰਹੇਗੀ ਇਹ ਕਾਇਮ ਰਹੇਗਾ ਇਹ ਰਿਸ਼ਤਾ ਕਾਇਮ ਰਹੇਗਾ ਬਹੁਤ ਸ਼ੁਕਰੀਆ ਜੀ ਮਿਸ਼ਨ ਕਿਸ ਤਰ੍ਹਾਂ ਜ਼ਿਹਨ ਵਿੱਚ ਆਇਆ ਕਿ ਦਰਖਤ ਦੇ ਨਾਲ ਹਰ ਸਾਲ ਜੋੜਿਆ ਜਾਏ ਜੀ ਇਹ ਮਿਸ਼ਨ ਹਰ ਸਾਲ ਬਲਕਿ ਇਹ ਤਾਂ ਮਿਸ਼ਨ ਸਾਡੇ ਫੈਮਿਲੀ ਦਾ ਹਮੇਸ਼ਾ ਹਰ ਸਾਲ ਹੀ ਅਸੀਂ ਬਾਬਾ ਜੀ ਦੇ ਨਾਲ ਅਸੀਂ ਆਪਣੀ ਅਕੀਦਤ ਦਾ ਇਜ਼ਹਾਰ ਕਰਨੇ ਹਾਂ ਜੀ ਜੀ ਕਿਉਂਕਿ ਇਹ ਰਿਸ਼ਤਾ ਐਸਾ ਹੈ ਕਿ ਤਾਰੀਖੀ ਇੱਕ ਔਰ ਇੱਕ ਰੂਹਾਨੀ ਤਾਲੁਕ ਹੈ ਸਾਡਾ ਅਤੇ ਇਹ ਤਾਂ ਇੱਕ ਸਿਰਫ ਅਲਾਮਤ ਹੈ ਇਹ ਪੌਦੇ ਲਗਾਉਣਾ ਤਾਂ ਅਲਾਮਤ ਹੈ ਕਿਉਂਕਿ ਅਸੀਂ ਉਸ ਰਿਸ਼ਤੇ ਨੂੰ ਹਮੇਸ਼ਾ ਜਿਹੜਾ ਜਿੱਥੇ ਤੁਸੀਂ ਅੱਜ ਨਨਕਾਣਾ ਸਾਹਿਬ ਵਿੱਚ ਖੜ੍ਹੇ ਹੋ ਜਗ੍ਹਾ ਜਗ੍ਹਾ ਚੱਪੇ ਚੱਪੇ 'ਤੇ ਬਾਬਾ ਜੀ ਦਾ ਔਰ ਬਾਬੇ ਰਾਏ ਬੁਲਾਰ ਖਾਨ ਪੱਟੀ ਦਾ ਜਿਹੜਾ ਤਾਲੁਕ ਹੈ ਉਹ ਹਰ ਜਗ੍ਹਾ 'ਤੇ ਹਰ ਜਗ੍ਹਾ ਤੁਹਾਨੂੰ ਨਜ਼ਰ ਆਏਗਾ ਇੱਥੇ ਮੁਖਤਲਿਫ ਗੁਰਦੁਆਰੇ ਮੌਜੂਦ ਨੇ ਨਨਕਾਣਾ ਸਾਹਿਬ ਵਿੱਚ ਜਨਮ ਅਸਥਾਨ ਸਾਹਿਬ ਤੋਂ ਇਲਾਵਾ ਉਹਨਾਂ ਵਿੱਚ ਵੀ ਜਿਹੜੇ ਬਾਬਾ ਜੀ ਦੇ ਨਾਲ ਜਿਹੜੇ ਉਹਨਾਂ ਦੇ ਮਿਰੇਕਲ ਸਨ ਔਰ ਰਾਏ ਬੁਲਾਰ ਖਾਨ ਪੱਟੀ ਸਾਹਿਬ ਦੇ ਜ਼ਮਾਨੇ ਵਿੱਚ ਜਿਹੜੇ ਉਹਨਾਂ ਦੇ ਹੈ ਸਨ ਤਾਲੁਕ ਸੀ ਜੀ ਉੱਥੇ ਗੁਰਦੁਆਰੇ ਮੌਜੂਦ ਨੇ ਤੁਸੀਂ ਵਿਜ਼ਿਟ ਕਰੋਗੇ ਜੀ ਬਿਲਕੁਲ ਔਰ ਤੁਸੀਂ ਦਿਖਾਇਆ ਜੇ ਸਭ ਨੂੰ ਦੁਨੀਆ ਨੂੰ ਪਤਾ ਲੱਗਣਾ ਚਾਹੀਦਾ ਕਿ ਇੱਥੇ ਕਿਹੜੇ ਕਿਹੜੇ ਬਾਬਾ ਜੀ ਦੇ ਜਿਸ ਜੋ ਲਿੰਕ ਹੈ ਇਸ ਖਿੱਤੇ ਨਾਲ ਔਰ ਰਾਏ ਬੁਲਾਰ ਖਾਨ ਭੱਟੀ ਦਾ ਔਰ ਉਹ ਤਾਲੁਕ ਜਿਹੜਾ ਹੈ ਉਹ ਸਾਰੀ ਦੁਨੀਆ ਨੂੰ ਪਤਾ ਲੱਗਣਾ ਜੇ ਖਾਸ ਤੌਰ 'ਤੇ ਜਿਹੜੇ ਨੌਜਵਾਨ ਸਿੱਖ ਸੰਗਤ ਦੇ ਨੌਜਵਾਨ ਨੇ ਉਹਨਾਂ ਨੂੰ ਇਹ ਤਾਲੀਮ ਜਿਹੜੀ ਹੈ ਉਹਨਾਂ ਦੇ ਦਰਸਾਂ 'ਚ ਪਤਾ ਲੱਗਣਾ ਚਾਹੀਦਾ ਹੈ ਕਿ ਇਹ ਰਾਏ ਸਾਹਿਬ ਦਾ ਰਾਏ ਬੁਲਾਰ ਖਾਨ ਭੱਟੀ ਦਾ ਕੀ ਮੁਕਾਮ ਹੈ ਔਰ ਸਾਡੇ ਦਿਲਾਂ 'ਚ ਜੋ ਬਾਬਾ ਜੀ ਦਾ ਮੁਕਾਮ ਹੈ ਉਹ ਤਾਂ ਅਸੀਂ ਆਪਣੇ ਅਕੀਦਤ ਦਾ ਇਜ਼ਹਾਰ ਹੁਣ ਵੀ ਕਰ ਰਹੇ ਹਾਂ ਔਰ ਹਰ ਲਮ੍ਹਾ ਕਰਦੇ ਰਹਿੰਦੇ ਥੈਂਕ ਯੂ ਜੀ ਬਹੁਤ ਸ਼ੁਕਰੀਆ ਜੀ ਇੰਨੀ ਡਿਟੇਲ ਦੇਣ ਵਾਸਤੇ ਜੀ ਭਾਈ ਸਾਹਿਬ ਜੀ ਮੇਰਾ ਨਾਮ ਰਾਏ ਸਲੀਮ ਭੱਟੀ ਹੈ ਔਰ ਮੈਂ ਰਾਏ ਬੁਲਾਰ ਭੱਟੀ ਦੀ 19ਵੀਂ ਪੀੜ੍ਹੀ ਹਾਂ ਔਰ ਚੂੰਕਿ ਮੇਰੇ ਭਾਈ ਰਾਏ ਸ਼ਾਹਜਹਾਨ ਨੇ ਜਿਸ ਤਰ੍ਹਾਂ ਅੱਗੇ ਦੱਸਿਆ ਹੈ ਕਿ ਰਾਏ ਬੁਲਾਰ ਭੱਟੀ ਚੂੰਕਿ ਸਿੱਖ ਔਰ ਮੁਸਲਿਮ ਯੂਨਿਟੀ ਦੇ ਇੱਕ ਸਟਰੈਂਥ ਦੀ ਇੱਕ ਅਲਾਮਤ ਸਨ ਔਰ ਅਸੀਂ ਇਸ ਲੈਗਸੀ ਨੂੰ ਅੱਗੇ ਚੱਲਦੇ ਹੋਇਆਂ ਹਮੇਸ਼ਾ ਉਹਨਾਂ ਦੀ ਇਸ ਲੈਗਸੀ ਨੂੰ ਅੱਗੇ ਜਾਰੀ ਰੱਖਾਂਗੇ ਔਰ ਇਹ ਤਾਂ ਵਾਕਈ ਇੱਕ ਅਲਾਮਤ ਹੈ ਅਸੀਂ ਹਮੇਸ਼ਾ ਜੋ ਜਿੱਥੇ ਜਿੱਥੇ ਵੀ ਉਹ ਸੰਗਤ ਆਉਂਦੀ ਹੈ ਅਸੀਂ ਉਹਨਾਂ ਨੂੰ ਖੁੱਲ੍ਹੇ ਹੱਥਾਂ ਨਾਲ ਆਪਣਾ ਉਹਨਾਂ ਨੂੰ ਵੈਲਕਮ ਕੀਤਾ ਜੀ ਕਰਦੇ ਰਹਾਂਗੇ ਜੀ ਬਿਲਕੁਲ ਜ਼ਰੂਰ ਜੀ ਤੁਸੀਂ ਪਹਿਲੇ ਵੀ ਵੈਲਕਮ ਕਰਦੇ ਹੋ ਔਰ ਅਸੀਂ ਉਮੀਦ ਕਰਦੇ ਹਾਂ ਕਿ ਅੱਗੇ ਵੀ ਸਾਨੂੰ ਤੁਸੀਂ ਵੈਲਕਮ ਕਰਦੇ ਰਹੋਗੇ ਪੂਰੀ ਟੀਮਸ ਨੂੰ ਵੀ ਕਰਦੇ ਹੋ ਔਰ ਜਗਤ ਸੰਗਤ ਨੂੰ ਵੀ ਕਰਦੇ ਹੋ ਜੀ ਪਲੀਜ਼ ਰਾਏ ਉਸਮਾਨ ਖਾਂ ਪੱਟੀ ਰਾਏ ਬੁਲਾਰ ਦੀ